ना तुसी मरिया मान लिया मैनू। मैं पहला कहा सी कि बंदा इनू मारिया जा सकता, विचार नू नहीं मारिया जा सकता। ते भगवंत माना तू तो हद ही करती यार, मेरे नां दे उत्ते जो तू खट्टी खट रहा ते भुगत मेरे उल्ट रहा। कल तू लोकतंत्र दे मंदिर दे विच गल की कही सी, माड़ा जा विचार कर ली। ते तुसी भगवंत मान तक सुनेहा पहुंचदा कर दियो मेरा। कल बोलिया की सी, गल करदा सी कि भगत सिंह जदों अपना बिच विचाले मंगना छड़ के रात नू फरार होके कहिंदा कानपुर पहुंचिया, तां कानपुर जाके उहदे चंद्रशेखर अर्गियां नू सारिआं नू मिलिआ ते मिल के रात नू बड़ियां गल्लां कीतीआं उहनां नाल। ते गल्लां करन तों बाद अगले दिन किसे महाजन दे घरे कहिंदे डाका मारन गए। ते डाका मारन गिआं दे हिस्से भगत सिंह दे हिस्से की कम लाया गया कि तूं उस महाजन की पुटपड़ी ते पिस्तौल ला के रखणा ते असीं लुट खोह करांगे, असीं की आ समान जिहड़ा घर दे विचों पैसे लुट के लिआवांगे। तां कहिंदे जदों मेरी ड्यूटी उत्थे लाई किहदे ते गई सी, कणपट्टी ते पिस्तौल रखण दी। ते जदों कणपट्टी ते कहिंदे पिस्तौल रख्या तां मेरे नाल खड़े जिहड़ा होर इक इनकलाबी भरा सी उहने देखिआ कि मेरा हथ कंब रिहा। इह भगवंत मान कल गल सुना रिहा सी कि जदों कहिंदे हथ कंबदा उहने देखिआ तां डाका मारन तों बाद वापस आ के चंद्रशेखर नूं उहने गल की कही नाल दा जिहड़ा इनकलाबी सी कि जिहड़ा रात वड्डियां वड्डियां गल्लां करदा सी। इह भगत सिंह कहिंदे कल इहदे हथ कंबण लग गए सी रात जदों डाके दे कण ते पुड़पड़ी ते पिस्तौल लाया सी। ਤਾਂ ਫਿਰ ਉਹਨੇ ਕਿਹਾ ਕਿ ਤੂੰ ਭਾਈ ਤੇਰੇ ਵਾਕਈ ਹੱਥ ਕੰਬਦੇ ਸੀ ਜਦੋਂ ਚੰਦਰਸ਼ੇਖਰ ਨੇ ਆਜ਼ਾਦ ਨੇ ਮੈਨੂੰ ਪੁੱਛਿਆ? ਤਾਂ ਫਿਰ ਮੈਂ ਜਿਹੜਾ ਉਦੋਂ ਜਵਾਬ ਦਿੱਤਾ ਸੀ, ਤਾਂ ਉਹ ਜਵਾਬ ਤੋਂ ਬਾਅਦ ਫਿਰ ਪੂਰਾ ਸਾਰਾ ਜਿਹੜਾ ਸਿਸਟਮ ਹੀ ਬਦਲ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਬਦਲਿਆ ਸੀ ਉਹਦੇ ਕਿਹੜੇ ਜਵਾਬ ਦੇ ਕਾਰਨ ਬਦਲਿਆ ਸੀ, ਉਹ ਜਵਾਬ ਉਹ ਭਗਤ ਮਾਗੇ ਭਗਵੰਤ ਮਾਨ ਨੇ ਮੇਰਾ ਕੱਲ ਲੋਕਤੰਤਰ ਦੇ ਮੰਦਿਰ ਵਿਧਾਨ ਸਭਾ 'ਚ ਦਿੱਤਾ। ਪਰ ਆਪ ਉਸ ਤੋਂ ਸਬਕ ਕੋਈ ਨਹੀਂ ਸਿੱਖਿਆ। ਕਹਿ ਕੀ ਰਿਹਾ ਸੀ ਕਿ ਮੈਂ ਉੱਥੇ ਆਖਿਆ ਕੀ ਸੀ ਕਿ ਮੈਥੋਂ ਆਪਣਿਆਂ ਤੇ ਪਿਸਤੌਲ ਨਹੀਂ ਤਾਣੀ ਜਾਂਦੀ, ਅੰਗਰੇਜ਼ ਭਾਵੇਂ ਮੈਥੋਂ 50 ਮਰਵਾ ਲਓ। ਪਰ ਅੱਜ ਭਗਵੰਤ ਮਾਨ ਕਰ ਕੀ ਰਿਹਾ, ਆਪਣਿਆਂ ਤੇ ਤਾਕੀਆ ਤਾਣੀ ਵੀ ਆ ਪਿਸਤੌਲ, ਅੱਜ ਆਪਣੇ ਚੱਕ ਕੇ ਜੇਲ੍ਹ 'ਚ ਸਿੱਟੇ ਜਾ ਰਹੇ ਆ। ਜਜ਼ਬਾਤੀ ਨੌਜਵਾਨ ਨੇ ਓਏ ਜਿਹੜੇ ਤੂੰ ਜੇਲ੍ਹ 'ਚ ਸਿੱਟ ਰਿਹਾ, ਤੇਰੇ ਆਪਣੇ ਨੇ ਜਜ਼ਬਾਤੀ ਨੇ ਜਿਹੜੇ ਤੇਰੇ ਨਾਲ ਵੀ ਖੜੇ ਹੋਣਗੇ ਬਹੁਤੇ ਉਹਨਾਂ 'ਚੋਂ, ਕਿਉਂਕਿ ਜਿਹੜੇ ਅੱਜ ਉੱਥੇ ਜੇਲ੍ਹਾਂ 'ਚ ਡੱਕੇ ਜਾ ਰਹੇ ਆ ਜ਼ਿਆਦਾਤਰ ਸਾਰੇ ਜਜ਼ਬਾਤੀ ਨੌਜਵਾਨ ਨੇ। ਕੱਲ੍ਹ ਵੀ ਤਾਂ ਹੀ ਕਿਹਾ ਸੀ, ਤੁਹਾਨੂੰ ਇੱਕੋ ਹੀ ਗੱਲ ਕਹਿਣਾ ਕਿ ਬਾਜ ਆ ਜਾਓ। ਤੇ ਭਗਵੰਤ ਮਾਨਾ ਤੂੰ ਗੱਲਾਂ ਹੋਰ ਕੀ ਕਰਦਾ, ਨਾਂ ਮੇਰੇ ਹੀ ਲੈਣਾ। ਤੇ ਮੈਂ ਤਾਂ ਕੀ ਆ ਇੱਕ ਗੋਰਕੀ ਨੂੰ ਕੋਟ ਕਰਕੇ ਜੇਲ੍ਹ 'ਚੋਂ ਇੱਕ ਚਿੱਠੀ ਦੇ ਵਿੱਚ ਵੀ ਲਿਖਿਆ ਸੀ ਕਿ ਧਰਤੀ 'ਤੇ ਉਹ ਬੰਦਾ ਸਭ ਤੋਂ ਵੱਧ ਨਫ਼ਰਤ ਜੋਗਾ ਜਿਹੜਾ ਭੀਖ ਦਿੰਦਾ, ਤੇ ਉਹ ਸਭ ਤੋਂ ਵੱਧ ਤਰਸ ਜੋਗਾ ਜਿਹੜਾ ਭੀਖ ਲੈਂਦਾ, ਕਿਉਂਕਿ ਭੀਖ ਦੇਣ ਵਾਲਾ ਸੰਗਦਿਲ ਬਣ ਜਾਂਦਾ ਤੇ ਲੈਣ ਵਾਲਾ ਜਿਹੜਾ ਉਹ ਨਰਮ ਦਿਲ ਬਣ ਜਾਂਦਾ, ਉਹ ਫਿਰ ਆਪਣੇ ਹੱਕਾਂ ਖਾਤਰ ਬੋਲ ਨਹੀਂ ਸਕਦਾ। ਤੇ ਤੂੰ ਅੱਜ ਸਾਰਾ ਪੰਜਾਬ ਨੂੰ ਮੰਗਤਾ ਬਣਾ ਛੱਡਿਆ ਯਾਰ, ਤੁਸੀਂ ਸਕੀਮਾਂ ਕੀ ਚਲਾ ਰਹੇ ਹੋ, ਲੋਕਾਂ ਨੂੰ ਕਮਾਈ ਕਰਨ ਜੋਗੇ ਕਰਦੇ ਹੋ, ਬੜਾ ਕੁਛ ਕਰ ਸਕਦੇ ਹੋ, ਪਰ ਤੁਸੀਂ ਤਾਂ ਆਪ ਉਸੇ ਰਾਹ ਤੇ ਪਾਤੇ ਆ ਮੰਗ ਤੇ ਬਣਾ ਕੇ ਧਰਤਿਆ ਤੇ। ਮੈਂ ਪਹਿਲਾਂ ਕਿਹਾ ਸੀ ਕਿ ਜਿਹੜਾ ਬੰਦਾ ਭੀਖ ਮੰਗਣ ਦਾ ਆਦੀ ਹੋ ਜੇ ਨਾ ਉਹਦੀ ਜ਼ਮੀਰ ਮਰ ਜਾਂਦੀ ਆ, ਇਹ ਮੈਂ ਗੱਲ ਕਹੀ ਸੀ। ਤੇ ਮੇਰੀ ਗੋਰਕੀ ਦੀ ਕਹੀ ਵੀ ਗੱਲ ਨੂੰ ਮੈਂ ਕੋਟ ਕਰਕੇ ਆਪਣੀ ਜੇਲ੍ਹ ਲਿਖ ਦੇ ਵਿੱਚ ਕਹਿ ਕੇ ਗਿਆ ਸੀ। ਮੇਰੇ 'ਤੇ ਇਲਜ਼ਾਮ ਲੱਗਦਾ ਕਿ ਮੈਂ ਹਿੰਦੀ ਭਾਸ਼ਾ ਦੀ ਸਪੋਰਟ ਕੀਤੀ ਸੀ। ਮੈਂ ਇਹੀ ਗੱਲ ਕਹਿਣਾ ਕਿ ਮੈਂ 15 ਸਾਲ ਦੀ ਉਮਰ ਸੀ ਤੇ ਜੈ ਸ਼ੰਕਰ ਜਿਹੜਾ ਵਿਦਿਆ ਲੰਕਰ ਮੇਰੇ ਗੁਰੂ ਸੀ ਉਹਨਾਂ ਨੇ ਮੈਥੋਂ ਇੱਕ ਐਸੇ ਦਾ ਮੁਕਾਬਲਾ ਹੋਇਆ ਸੀ, ਲੇਖ ਲਿਖਣ ਦਾ ਮੁਕਾਬਲਾ, ਜਿਹਦੇ ਵਿੱਚ ਸਾਨੂੰ ਵਿਸ਼ਾ ਕੀ ਦਿੱਤਾ ਗਿਆ ਸੀ, ਵਿਸ਼ਾ ਦਿੱਤਾ ਗਿਆ ਸੀ ਭਾਰਤ ਵਿੱਚ ਭਾਸ਼ਾ ਦਾ ਪਸਾਰਾ। ਤੇ ਉਹ ਜਿਹੜਾ ਮੁਕਾਬਲਾ ਹੋਣਾ ਸੀ ਉਹ ਇੱਕ ਸੰਮੇਲਨ ਹੋਇਆ ਸੀ, ਪੰਜਾਬੀ ਹਿੰਦੀ ਭਾਸ਼ਾ ਸੰਮੇਲਨ। 15 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਵਿਚਾਰ ਰੱਖੇ ਸੀ ਜਿਹੜੇ ਮੇਰੇ ਗੁਰੂ ਨੇ ਮੈਨੂੰ ਸਿਖਾਏ ਸੀ, ਤੇ ਉਹਨਾਂ ਵਿਚਾਰਾਂ ਦੇ ਵਿੱਚ ਜਿਹੜੀ ਮੈਂ ਆਈਡੀਓਲੋਜੀ ਰੱਖਦਾ ਸੀ ਮੈਂ ਉਹ ਸਾਰਾ ਲਿਖਤਾ। ਪਰ ਮੇਰੀ ਮੌਤ ਤੋਂ ਬਾਅਦ ਉਦੋਂ ਬਾਅਦ ਉਹ ਇੱਕ ਅਖਬਾਰ ਦੇ ਵਿੱਚ ਛਾਪੇ ਜਾਂਦੇ ਆ ਜਿਹਨੂੰ ਅੱਜ ਤੱਕ ਲੈ ਕੇ ਮੈਨੂੰ ਕੋਟ ਕੀਤਾ ਜਾਂਦਾ ਕਿ ਮੈਂ ਹਿੰਦੀ ਭਾਸ਼ਾ ਦਾ ਹਮਾਇਤੀ ਸੀ। ਮੈਂ ਹੁਣ ਗੱਲ ਕਰਨਾ ਚਾਹੁੰਦਾ ਅਖੌਤੀ ਸਿੱਖਾਂ ਨਾਲ ਜਿਹੜੇ ਮੇਰਾ ਨਾਂ ਲੈ ਕੇ ਗੱਲ ਕਰਦੇ ਆ, ਨਿੰਦਦੇ ਆ ਤੇ ਕਾਮਰੇਡ ਕਹਿੰਦੇ ਆ। ਮਾੜਾ ਜਿਹਾ ਮੇਰੇ ਸਮੇਂ ਦੇ ਟਾਈਮ ਦੇ ਵਿੱਚ ਖੜ ਕੇ ਦੇਖ ਲਓ, ਸਮਕਾਲੀ ਹੋ ਕੇ ਦੇਖ ਲਿਓ ਮੇਰਾ ਸਮਾਂ ਕੀ ਸੀ। ਮੈਂ ਰਾਸ਼ਟਰਵਾਦੀ ਸੀ ਕਿਉਂਕਿ ਉਦੋਂ ਮਸਲਾ ਕੋਈ ਹਿੰਦੂ ਮੁਸਲਮਾਨ ਸਿੱਖ ਦਾ ਨਹੀਂ ਸੀ, ਕੋਈ ਅਲੱਗ ਅਲੱਗ ਕੌਮ ਦੇ ਮਸਲੇ ਨਹੀਂ ਸੀ, ਉਦੋਂ ਦੁਸ਼ਮਣ ਇੱਕ ਸੀ ਅੰਗਰੇਜ਼। ਤੇ ਸਭ ਤੋਂ ਵੱਧ ਗਰਾਵਟ ਆਈ ਵੀ ਕਿੰਨਾ ਕੰਮਾਂ ਸੀ, ਧਰਮ ਦੇ ਵਿੱਚ ਜਿਹੜੀ ਗਰਾਵਟ ਆਈ ਸੀ ਉਹਦੇ ਖਿਲਾਫ SGPC ਬਣੀ ਹੋਈ ਸੀ, ਹੋਰ ਬੜੇ ਸੰਸਥਾਵਾਂ ਬਣੀਆਂ ਸੀ, ਆਰੀਆ ਸਮਾਜ ਵੀ ਇਹੀ ਬਣਿਆ ਹੋਇਆ ਸੀ। ਪਰ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲਾ ਜਿਹੜਾ ਵਰਗ ਸੀ ਮੈਂ ਉਹ ਲੜਾਈ ਨੂੰ ਮੁੱਖ ਕਿਉਂ ਰੱਖਿਆ, ਕਿਉਂਕਿ ਮੈਨੂੰ ਉਹ ਲੜਾਈ ਜ਼ਰੂਰੀ ਲੱਗੀ। ਕਿ ਲੜਾਈ ਉਹ ਅਸਲ ਜੜ ਦੇ ਜਿਹੜੀ ਮੈਂ ਕਿ ਸਾਰੇ ਦੁੱਖਾਂ ਦਾ ਕਾਰਨ ਸੀ, ਜੜ ਕੀ ਸੀ ਮੈਨੂੰ ਐਂ ਦੱਸੋ, ਖਾਲਸਾ ਰਾਜ ਖਤਮ ਕਰਨ ਵਾਲੇ ਕੌਣ ਸੀ? ਅੰਗਰੇਜ਼ ਸੀ। ਉਸ ਤੋਂ ਬਿਨਾਂ ਜੇ ਗੱਲ ਕਰੀਏ ਤਾਂ ਗੁਰਦੁਆਰਾ 'ਚ ਜਿਹੜੀ ਉਸ ਸਮੇਂ ਗਰਾਵਟ ਆਈ ਸੀ ਉਹ ਕਿੰਨਾ ਕਾਰਨ ਆਈ ਸੀ, ਮਸੰਦਾਂ ਕਰਕੇ ਤੇ ਮਸੰਦ ਗੁਰਦੁਆਰਾ 'ਚ ਬਿਠਾਏ ਕਿੰਨਾ ਨੇ ਸੀ? ਅੰਗਰੇਜ਼ਾਂ ਨੇ ਬਿਠਾਏ ਸੀ।
ਉਹਨਾਂ ਅੰਗਰੇਜ਼ਾਂ ਦੇ ਖਿਲਾਫ ਮੈਂ ਜੰਗ ਵਿੱਢੀ ਸੀ ਤੇ ਮੇਰੇ ਸਮੇਂ ਦੇ ਵਿੱਚ ਜਿੰਨਾ ਕੁ ਮੈਨੂੰ ਪੜ੍ਹਨ ਨੂੰ ਮਿਲਿਆ ਹੁਣ ਮੇਰੀ ਉਮਰ ਉਦੋਂ 23 ਸਾਲ ਉਮਰ ਸੀ ਤੇ 23 ਸਾਲ ਤੋਂ ਮੈਂ ਕਹਿੰਦਾ 1920 ਤੋਂ 30 ਦੇ ਦਹਾਕੇ ਦੀ ਮੈਂ ਗੱਲ ਕਰਦਾ ਉਹ ਸਮੇਂ ਹਾਲਾਤ ਕੀ ਸੀ ਦੁਨੀਆ ਦੇ ਵਿੱਚ ਕੀ ਚੱਲਦਾ ਸੀ ਮੈਂ ਸਿਰਫ ਉਹ ਚੀਜ਼ ਬਾਰੇ ਜਾਣਿਆ ਅਧੂਰੇ ਫਲਸਫੇ ਬਾਰੇ ਮੈਂ ਜਾਣਦਾ ਸੀ ਪੂਰਾ ਫਲਸਫਾ ਮੈਂ ਨਹੀਂ ਜਾਣਦਾ ਸੀ ਮੈਂ ਮਾਰਕਸਵਾਦੀ ਸੀ ਪਰ ਮੈਂ ਬਾਬੇ ਨਾਨਕ ਤੱਕ ਅਜੇ ਪਹੁੰਚਿਆ ਨਹੀਂ ਸੀ ਮੈਂ ਪਿੱਛੇ ਨੂੰ ਚੱਲ ਰਿਹਾ ਸੀ 1930 ਤੋਂ ਲੈ ਕੇ ਮੈਂ ਰਸ਼ੀਆ ਦੀ ਕ੍ਰਾਂਤੀ ਪੜ੍ਹੀ ਆ ਮੈਂ ਫਰਾਂਸ ਦੀ ਕ੍ਰਾਂਤੀ ਪੜ੍ਹੀ ਆ ਅਮਰੀਕਾ ਦੀ ਕ੍ਰਾਂਤੀ ਪੜ੍ਹੀ ਆ ਪਰ ਬਾਬਾ ਨਾਨਕ ਉਦੋਂ ਪਹਿਲਾਂ ਜਿਹੜੀ ਗੱਲ ਕਹਿ ਕੇ ਗਿਆ ਸੀ ਉਦੋਂ ਤੱਕ ਮੈਂ ਪਹੁੰਚ ਨਹੀਂ ਸਕਿਆ ਕਿਉਂਕਿ ਮੇਰੀ ਉਮਰ 23 ਸਾਲ ਸੀ ਤੇ ਮੈਨੂੰ ਉਸੇ ਚੀਜ਼ ਨੂੰ ਫੜ ਕੇ ਤੁਸੀਂ ਭੰਡ ਰਹੇ ਹੋ ਜਿਹੜੇ ਅਖੌਤੀ ਸਿੱਖ ਬਣਦੇ ਹੋ ਮੈਂ ਕਹਿਣਾ ਕਿ ਬਾਬੇ ਨਾਨਕ ਦਾ ਫਲਸਫਾ ਜਿਹੜਾ ਕੀ ਆ ਮੈਂ ਅਧੂਰਾ ਜਾਣਦਾ ਸੀ ਮੈਂ ਇਕੱਲਾ ਕਿਰਤ ਕਰੋ ਦੇ ਵੰਡ ਛਕੋ ਬਾਰੇ ਜਾਣਦਾ ਸੀ ਕਿਉਂਕਿ ਮੈਂ ਮਾਰਕਸ ਪੜ੍ਹਿਆ ਸੀ ਪਰ ਬਾਬੇ ਨਾਨਕ ਨੇ ਉਦੋਂ ਵੱਡੀ ਗੱਲ ਕੀਤੀ ਸੀ ਨਾਲ ਨਾਮ ਜਪੋ ਜਿਹੜੇ ਆਖਿਆ ਸੀ ਉਹ ਕੀ ਆ ਪੂਰਾ ਫਲਸਫਾ ਸੀ ਉਹ ਮੈਂ ਪੂਰਾ ਜਾਣ ਨਹੀਂ ਸਕਿਆ ਸੀ ਕਿਉਂਕਿ ਅਜੇ ਮੇਰੇ ਕੋਲ ਸਮਾਂ ਕਿੰਨਾ ਕੁ ਸੀ ਤੇ ਦੂਜੀ ਗੱਲ ਮੈਨੂੰ ਨਾਸਤਕ ਕਿਹਾ ਜਾਂਦਾ ਨਾ ਤੇ ਮੈਂ ਕਹਿਣਾ ਕਿ ਤੁਹਾਨੂੰ ਆਸਤਕ ਬਣਨ ਵਾਸਤੇ ਨਾਸਤਕ ਹੋਣਾ ਜ਼ਰੂਰੀ ਆ ਭਾਂਡਾ ਖਾਲੀ ਹੋਊ ਤਾਂ ਉਹਦੇ ਵਿੱਚ ਕੁਛ ਪੈਣਾ ਬਾਬਾ ਨਾਨਕ ਨਾਸਤਕ ਨਹੀਂ ਹੋਇਆ ਬਾਬਾ ਨਾਨਕ ਹਿੰਦੂ ਪਰਿਵਾਰ 'ਚ ਪੈਦਾ ਹੋ ਕੇ ਪਹਿਲਾਂ ਆਪਣੀਆਂ ਰੋਹ ਰੀਤਾਂ ਦੇ ਖਿਲਾਫ ਖੜਾ ਹੋਇਆ ਤੇ ਪਹਿਲਾਂ ਮੁਣਕਰ ਹੋਇਆ ਆਪਣੇ ਧਰਮ ਤੋਂ ਤੇ ਮੈਂ ਵੀ ਸਾਰੇ ਧਰਮਾਂ ਤੋਂ ਮੁਣਕਰ ਕਿਉਂ ਹੋਇਆ ਕਿਉਂਕਿ ਮੈਨੂੰ ਉਸ ਸਮੇਂ ਦੇ ਵਿੱਚ ਕਿਸੇ ਧਰਮ 'ਚ ਪਰਪੱਕਤਾ ਨਹੀਂ ਸੀ ਸਾਰਿਆਂ ਦੇ ਵਿੱਚ ਗਰਾਵਟਾਂ ਆਈਆਂ ਹੋਈਆਂ ਸੀ ਸਮੇਤ ਸਿੱਖ ਧਰਮ ਦੇ ਇਸੇ ਕਰਕੇ SGPC ਨੂੰ ਲੜਾਈ ਲੜਨੀ ਪਈ ਤਾਂ ਮੈਂ ਉਸ ਸਮੇਂ ਦੇ ਵਿੱਚ ਸਾਰਿਆਂ ਤੋਂ ਮੁਣਕਰ ਹੋ ਗਿਆ ਸੀ ਬਾਬਾ ਨਾਨਕ ਵੀ ਮੁਣਕਰ ਹੋਇਆ ਸੀ ਬਾਬਾ ਨਾਨਕ ਨੇ ਆਪਣੇ ਧਰਮ ਨੂੰ ਪਹਿਲਾਂ ਸਭ ਨੂੰ ਖਤਮ ਕਰਕੇ ਮਨ ਕੀ ਆ ਉਸ ਤੋਂ ਜਵਾਬ ਦੇ ਕੇ ਉਹਨੀਆਂ ਰੋਹ ਰੀਤਾਂ ਤੋਂ ਕ੍ਰੀਤੀਆਂ ਤੋਂ ਸਾਰੀਆਂ ਤੋਂ ਬਾਗੀ ਹੋਇਆ ਜਨੇਊ ਪਹਿਣ ਤੋਂ ਜਵਾਬ ਦਿੱਤਾ ਹੋਰ ਕ੍ਰੀਤੀਆਂ ਦੇ ਖਿਲਾਫ ਉਹਨੇ ਬੋਲਿਆ ਤੇ ਬੋਲਣ ਤੋਂ ਬਾਅਦ ਫਿਰ ਉਹਨੇ ਇੱਕ ਨਵੀਂ ਜੀਵਨ ਜਾਂਚ ਦਾ ਫਲਸਫਾ ਦਿੱਤਾ ਪਰ ਫਲਸਫਾ ਦੇਣ ਵੇਲੇ ਬਾਬੇ ਨਾਨਕ ਦੀ ਉਮਰ ਕਿੰਨੀ ਸੀ ਤੇ ਮੇਰੀ ਉਮਰ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਿਓ ਮੈਂ ਬਾਬੇ ਨਾਨਕ ਦੀ ਫਲਸਫੇ ਤੱਕ ਨਹੀਂ ਪਹੁੰਚ ਸਕਿਆ ਮੈਂ ਮੰਨਦਾ ਕਿਉਂਕਿ ਮੇਰੀ ਉਮਰ ਕਿੰਨੀ ਸੀ 23 ਸਾਲ ਤੋਂ ਵੀ ਘੱਟ ਉਮਰ ਦੇ ਵਿੱਚ ਮੈਂ ਕਿਉਂਕਿ ਉਸ ਸਮੇਂ ਮੇਰੇ ਸਮੇਂ ਜਿਹੜਾ ਮੈਨੂੰ ਲਿਖਤ ਪੜ੍ਹਤ ਮਿਲੀ ਪੜ੍ਹਨ ਵਾਸਤੇ ਉਸ ਸਮੇਂ ਵਿਸ਼ਵ ਕ੍ਰਾਂਤੀ ਦੇ ਇਤਿਹਾਸ ਲੋਕ ਪੜ੍ਹਦੇ ਸੀ ਨੌਜਵਾਨ ਪੜ੍ਹਦੇ ਸੀ ਪਰ ਮੇਰੀ ਖਿਲਾਫਤ ਕਰਨ ਵਾਲੇ ਤੁਸੀਂ ਜਾਣਦੇ ਕੀ ਹੋ ਤੇ ਤੁਸੀਂ ਪੜ੍ਹਦੇ ਕੀ ਹੋ ਮੈਨੂੰ ਤੁਸੀਂ ਜ਼ਰੂਰ ਦੱਸ ਦਿਓ ਤੇ ਮੈਨੂੰ ਜਾਣਨ ਵਾਸਤੇ ਇੱਕ ਵਾਰੀ ਮੇਰੀ ਜੇਬ 'ਚੋਂ ਲਿਖੀਆਂ ਚਿੱਠੀਆਂ ਜ਼ਰੂਰ ਪੜ੍ਹ ਲਿਓ ਤੇ ਜਿਹੜੇ ਮੇਰੀ ਗੱਲ ਨੂੰ ਸੁਨੇਹਾ ਜਿਹੜਾ ਲੈ ਰਹੇ ਹੋ ਇਹਨੂੰ ਗਾਹਾਂ ਸਾਂਝਾ ਜ਼ਰੂਰ ਕਰ ਦਿਓ ਤੇ ਮੇਰੇ ਸਮੇਂ ਦੇ ਵਿੱਚ ਖੜ ਕੇ ਉਸ ਸਮੇਂ ਕੋਈ ਕੌਮਾਂ ਦੀ ਲੜਾਈ ਨਹੀਂ ਸੀ ਕਿਸੇ ਧਰਮ ਨੂੰ ਜਿਵੇਂ ਅਸੀਂ ਅੱਜ ਗੱਲ ਕਰਦੇ ਹੋ ਨਾ ਤੁਸੀਂ ਕਿ ਸਿੱਖੀ ਨੂੰ ਦਬਾਇਆ ਜਾ ਰਿਹਾ ਮੈਂ ਮੰਨਦਾ ਦਬਾਇਆ ਜਾ ਰਿਹਾ 84 ਤੱਕ ਮੈਂ ਪਹਿਲਾਂ ਰਾਸ਼ਟਰਵਾਦੀ ਸੀ 84 ਤੋਂ ਬਾਅਦ ਤੁਹਾਡੇ 'ਚੋਂ ਜਿਹੜਾ ਰਾਸ਼ਟਰਵਾਦ ਦੀ ਗੱਲ ਕਰਦਾ ਨੈਸ਼ਨਲਿਜ਼ਮ ਦੀ ਗੱਲ ਕਰਦਾ ਉਹ ਮੂਰਖ ਹੋਊਗਾ ਤੇ ਮੈਂ ਜੇ ਅੱਜ ਦੇ ਸਮੇਂ ਦੇ ਵਿੱਚ ਖੜਾ ਹੁੰਦਾ ਨਾਲ ਤਾਂ ਮੈਂ ਵੀ ਇਸੇ ਪੱਖ ਦੇ ਵਿੱਚ ਖੜਾ ਹੋਣਾ ਸੀ ਤੇ ਤੁਸੀਂ ਖੜਦੇ ਕਿੱਥੇ ਹੋ ਅੱਜ ਜੇ ਤੁਸੀਂ ਆਪਣੇ ਰਾਸ਼ਟਰਵਾਦ ਦੀ ਗੱਲ ਕਰਦੇ ਹੋ ਜਿਹੜੇ ਤੁਸੀਂ ਖਾਲਸਾ ਸਟੇਟ ਦੀ ਮਾਗੇ ਗੱਲ ਕਰਦੇ ਹੋ ਤਾਂ ਮੈਂ ਕਹਿੰਦਾ ਤੁਸੀਂ ਉਹਦੇ ਖਾਤਰ ਲੜਨ ਵਾਸਤੇ ਕਿੰਨੇ ਕੁ ਕੌਮੀ ਇਨਸਾਫ ਮੋਰਚੇ 'ਚ ਪਹੁੰਚਦੇ ਹੋ ਮੈਨੂੰ ਤੁਸੀਂ ਵੀ ਦੱਸ ਦਿਓ ਬੈਠੇ ਫੇਸਬੁੱਕਾਂ ਦੇ ਉੱਤੇ ਕਮੈਂਟ ਕਰਨ ਵਾਲਿਓ ਤੁਹਾਨੂੰ ਪੁੱਛਦਾ ਜੇ ਤੁਸੀਂ ਰਾਸ਼ਟਰਵਾਦੀ ਮੈਂ ਕਿਹੜਾ ਤੁਸੀਂ ਜਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਸ ਰਾਜ ਜਿਹਦੇ ਵਿੱਚ ਹੱਕ ਹਕੂਕ ਹਰੇਕ ਧਰਮ ਦੇ ਮਹਿਫੂਜ਼ ਨੇ ਉਹਨੂੰ ਲੈਣ ਵਾਸਤੇ ਮੈਂ ਕਹਿੰਦਾ ਤੁਹਾਨੂੰ ਜਿਹੜੀ ਲੜਾਈ ਲੜਨ ਦੀ ਲੋੜ ਆ ਤੁਹਾਨੂੰ ਸਾਡੇ ਵਾਂਗੂ ਹਥਿਆਰ ਚੱਕਣ ਦੀ ਲੋੜ ਨਹੀਂ ਸਾਡੇ ਕੋਲੇ ਬਚਿਆ ਕੋਈ ਰਸਤਾ ਨਹੀਂ ਸੀ ਜਿਵੇਂ ਤੁਹਾਡੇ ਹਵਾਰੇ ਵਰਗਿਆਂ ਕੋਲੇ ਕੋਈ ਰਸਤਾ ਨਹੀਂ ਨਾ ਬਚਿਆ ਸੀ ਤੇ ਹਵਾਰੇ ਵਰਗਿਆਂ ਨੂੰ ਹਥਿਆਰ ਸਾਡੇ ਵਾਂਗੂ ਚੱਕਣੇ ਪਏ ਸੀ ਕਿਉਂਕਿ ਬੋਲਿਆਂ ਨੂੰ ਸੁਣਾਉਣ ਵਾਸਤੇ ਆਵਾਜ਼ ਬੁਲੰਦ ਕਰਨੀ ਪੈਂਦੀ ਆ ਮੈਂ ਬਲਿੰਟ ਤੋਂ ਪ੍ਰਭਾਵਿਤ ਹੋ ਕੇ ਅਸੈਂਬਲੀ 'ਚ ਬੰਬ ਸੁੱਟਿਆ ਸੀ ਫਰਾਂਸ ਦਾ ਕ੍ਰਾਂਤੀਕਾਰੀ ਹੋਇਆ ਯਾਰ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਕਿੰਨੀਆਂ ਕੌਮਾਂ ਲੜਦੀਆਂ ਨੇ ਮੈਂ ਤਾਂ ਤੁਹਾਡਾ ਫਿਰ ਵੀ ਆਪਦਾ ਸੀ ਪਰ ਮੇਰਾ ਵਿਰੋਧ ਕਰਨ ਵਾਲੇ ਜਿਹੜੇ ਅਖੌਤੀ ਸਿੱਖ ਨੇ ਮੈਂ ਉਹਨਾਂ ਨੂੰ ਅੱਜ ਪੁੱਛਣਾ ਚਾਹੁੰਦਾ ਤੁਹਾਡੀਆਂ ਗੱਲਾਂ ਦਾ ਜਵਾਬ ਜ਼ਰੂਰ ਦੇਊਂਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਹਿ ਕੇ ਦੱਸਿਓ ਜ਼ਰੂਰ ਕਿਉਂਕਿ ਮੈਂ ਮਰਿਆ ਨਹੀਂ ਮੇਰਾ ਵਿਚਾਰ ਅਜੇ ਸਹਿਕਦਾ ਤੇ ਤੁਸੀਂ ਮੈਨੂੰ ਮਾਰ ਵੀ ਨਹੀਂ ਸਕਦੇ ਕਿਉਂਕਿ ਵਿਚਾਰ ਮਾਰਿਆ ਨਹੀਂ ਜਾ ਸਕਦਾ ਮੈਂ ਤੁਹਾਨੂੰ ਇਸੇ ਕਰਕੇ ਕਹਿਣਾ ਕਿ ਮੈਂ ਸਮਾਜਵਾਦੀ ਸੀ ਪਰ ਸਮਾਜਵਾਦ ਬਾਬੇ ਨਾਨਕ ਦੇ ਫਲਸਫੇ ਦਾ ਅਧੂਰਾ ਮਾਗੇ ਕੀ ਆ ਗਿਆਨ ਆ ਤੇ ਮੈਂ ਸਿਰਫ ਉਹ ਗਿਆਨ ਤੱਕ ਹੀ ਪਹੁੰਚਿਆ ਸੀ ਕਿਉਂਕਿ ਮੈਂ ਬਾਬੇ ਨਾਨਕ ਨੂੰ ਸਮਝ ਨਹੀਂ ਸਕਿਆ ਸੀ ਜਾਣ ਨਹੀਂ ਸਕਿਆ ਸੀ ਕਿਉਂਕਿ ਮੇਰੇ ਸਮੇਂ ਜਿਹੜੀ ਚੀਜ਼ ਨੂੰ ਮੈਂ ਪ੍ਰਾਇਓਰਟੀ ਦਿੱਤੀ ਉਹ ਮੇਰਾ ਕੀ ਸੀ ਮੇਰੇ ਟਾਈਮ ਤਾਂ ਮੈਨੂੰ ਵਿਸ਼ਵ ਕ੍ਰਾਂਤੀ ਦਾ ਇਤਿਹਾਸ ਮੂਹਰੇ ਲਿਖਿਆ ਕਿਉਂਕਿ ਉਦੋਂ ਲੜਾਈ ਜਿਹੜੇ ਦੁਸ਼ਮਣਾਂ ਨਾਲ ਸੀ ਉਹਨਾਂ ਨਾਲ ਲੜਨ ਵਾਸਤੇ ਵਿਸ਼ਵ ਕ੍ਰਾਂਤੀ ਨੂੰ ਸਮਝਣਾ ਜ਼ਰੂਰੀ ਸੀ ਇਸੇ ਕਰਕੇ ਮੈਂ ਦੁਨੀਆਂ ਦੇ ਵਿੱਚ ਜਿਹੜੇ ਉਸ ਸਮੇਂ ਦੇ ਯੋਧੇ ਹੋਏ ਸੀ ਉਹਨਾਂ ਬਾਰੇ ਜਾਣਿਆ ਸੀ ਤੇ ਅੱਜ ਤੁਸੀਂ ਵੀ ਯੋਧਿਆਂ ਬਾਰੇ ਜਾਣ ਕੇ ਗੱਲ ਕਰੋ ਮੈਂ ਗੱਲ ਕਰਦਾ ਤੁਹਾਡੇ ਸੁੱਖੇ ਤੇ ਜਿੰਦੇ ਦੀ ਸੁੱਖੇ ਤੇ ਜਿੰਦੇ ਨੇ ਕੁਲਦੀਪ ਨਈਅਰ ਨੂੰ ਚਿੱਠੀ ਲਿਖੀ ਸੀ ਤੇ ਕੁਲਦੀਪ ਨਈਅਰ ਨੂੰ ਚਿੱਠੀ ਲਿਖ ਕੇ ਕਿਹਾ ਕੀ ਸੀ ਕਿ ਜੇ ਤੁਸੀਂ ਭਗਤ ਸਿੰਘ ਨੂੰ ਸਹੀ ਮੰਨਦੇ ਹੋ ਤਾਂ ਸਾਡੇ ਤੇ ਭਗਤ ਸਿੰਘ 'ਚ ਫਰਕ ਕੋਈ ਨਹੀਂ ਅਸੀਂ ਭਗਤ ਸਿੰਘ ਦੀ ਆਈਡੋਲੋਜੀ ਦੀ ਮਾਗੇ ਨਾਲ ਖੜੇ ਹਾਂ
ਤੇ ਸਾਡੇ 'ਚ ਫਿਰ ਨੁਕਸ਼ ਕੀ ਆ ਉਹ ਕੁਲਦੀਪ ਨਈਅਰ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਪੁੱਛਿਆ ਸੀ ਵੀ ਸਾਡੇ ਤੇ ਭਗਤ ਸਿੰਘ 'ਚ ਫਰਕ ਕੀ ਆ, ਇਹ ਸੁੱਖੇ ਤੇ ਜਿੰਦੇ ਨੇ ਚਿੱਠੀ ਲਿਖੀ ਸੀ। ਇਸੇ ਕਰਕੇ ਮੈਂ ਤੁਹਾਨੂੰ ਗੱਲ ਕਰਦਾ, ਜਿਨ੍ਹਾਂ ਦੇ ਦਿਮਾਗ 'ਚ ਕੋਈ ਸਵਾਲ ਹੈਗੇ ਆ, ਮੈਂ ਕਹਿਣਾ ਕਿ ਮੇਰਾ ਆਈਡਲ ਕੌਣ ਸੀ, ਆਦਰਸ਼ ਕੌਣ ਸੀ? ਮੈਂ ਕਰਤਾਰ ਸਿੰਘ ਸਰਾਭੇ ਨੂੰ ਆਦਰਸ਼ ਮੰਨਿਆ ਤੇ ਕਰਤਾਰ ਸਿੰਘ ਸਰਾਭੇ ਦਾ ਆਦਰਸ਼ ਹੀ ਗੁਰੂ ਗੋਬਿੰਦ ਸਿੰਘ ਜੀ। ਮੈਂ ਮੂਲ ਨਾਲ ਜੁੜਿਆ ਹੋਇਆ ਸੀ, ਮੂਲ ਨਾਲ ਉਹ ਟੁੱਟਿਆ ਹੋਇਆ ਨਹੀਂ ਸੀ। ਪਰ ਠੀਕ ਆ, ਮੇਰੇ ਕੋਲ ਜਿੰਨਾ ਕੁ ਸਮਾਂ ਸੀ ਉਹਨੇ ਸਮੇਂ 'ਚ ਜਿਹੜੀਆਂ ਮੈਂ ਗੱਲਾਂ ਕਰ ਸਕਿਆ ਮੈਂ ਉਹੀ ਕੰਮ ਕਰ ਸਕਿਆ ਤੇ ਜਿਹੜਾ ਮੈਨੂੰ ਜ਼ਰੂਰੀ ਲੱਗਿਆ ਤੇ ਮੇਰੇ ਸਮੇਂ 'ਚ ਖੜ ਕੇ ਤੁਸੀਂ ਦੇਖ ਲਿਓ। ਮੈਨੂੰ ਹੁਣ ਦੇ ਸਾਂਚੇ 'ਚ ਢਾਲ ਕੇ ਤੁਸੀਂ ਜਦੋਂ ਦੇਖਦੇ ਹੋ ਕਿ ਮੈਂ ਕੌਮ ਖਾਤਰ ਕੀ ਕੀਤਾ, ਉਦੋਂ ਕੌਮ ਵਾਲੀਆਂ ਲੜਾਈਆਂ ਹੈ ਨਹੀਂ ਸੀ। ਇਸੇ ਕਰਕੇ ਤੁਹਾਨੂੰ ਮੈਂ ਇਹੀ ਗੱਲ ਕਹਿਣਾ, ਪਹਿਲਾਂ ਤਾਂ ਮੇਰਾ ਸੁਨੇਹਾ ਭਗਵੰਤ ਮਾਨ ਨੂੰ ਪਹੁੰਚਦਾ ਕਰ ਦਿਓ। ਮੈਦਾ ਭਾਸ਼ਾ ਦੇ ਵਿੱਚ ਮੈਨੇ ਦੇ ਇਲਜ਼ਾਮ ਲਾਉਣੇ ਹੋ, ਇਲਜ਼ਾਮ ਤਰਾਸ਼ੀ ਕਰਦੇ ਹੋ, ਪਰ ਅੱਜ ਜਿਹੜਾ ਆਪ ਹਿੰਦੀ ਭਾਸ਼ਾ ਦੇ ਵਿੱਚ ਆਪਣੀ ਕੌਮ ਨੂੰ ਸੰਬੋਧਿਤ ਕਰਦਾ ਉਹਨੂੰ ਵੀ ਸਵਾਲ ਕਰਿਓ। ਤੇ ਭਗਤ ਸਿੰਘ ਕਿ ਮੈਂ ਆਪਣੇ ਵੱਲੋਂ ਭਗਵੰਤ ਮਾਨ ਨੂੰ ਇਹੀ ਸਵਾਲ ਕਰਦਾ ਕਿ ਜਿਹੜੀ ਤੂੰ ਗੱਲ ਕੀਤੀ ਸੀ ਕਿ ਮੈਂ ਕਿਹਾ ਸੀ ਕਿ ਆਪਣਿਆਂ 'ਤੇ ਪਸਤੌਲ ਨਹੀਂ ਤਾਣੀ ਜਾਂਦੀ, ਤੂੰ ਆਪਣਿਆਂ 'ਤੇ ਪਸਤੌਲ ਨਾ ਤਾਣ। ਜੇ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਸੁਨੇਹਾ ਦੇ ਦਿਓ, ਪਹੁੰਚਦਾ ਕਰ ਦਿਓ ਤੇ ਤੁਰਦਾ ਕਰ ਦਿਓ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਸਵਾਲ ਤੁਸੀਂ ਕਰੋਗੇ ਤੁਹਾਡੇ ਸਵਾਲਾਂ ਦਾ ਜਵਾਬ ਵੀ ਦੇਊਂਗਾ, ਜਿਹੜਾ ਵੀ ਸਵਾਲ ਕਰੋਗੇ। ਤੇ ਮੇਰੀ ਜਿਹੜੀ ਸੋਚ ਸੀ ਅੱਜ ਮੈਂ ਉਸੇ ਗੱਲ 'ਤੇ ਖੜਾ ਕਿ ਬੰਬ ਬੰਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ ਤੇ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤੇਜ਼ ਹੁੰਦੀ ਆ, ਤੇ ਜਿਹੜੇ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਉਹ ਆਪਣੀ ਸ਼ਬਦਾਵਲੀ ਬਾਰੇ ਸੋਚ ਲੈਣ, ਕਿਉਂਕਿ ਬਾਬਾ ਨਾਨਕ ਵਿਚਾਰਾਂ ਦੇ ਵਿੱਚ ਬੰਦੇ ਨੂੰ ਹਰਾਉਂਦਾ ਸੀ। ਵਿਚਾਰਾਂ ਦੀ ਗੱਲ ਕਰਿਓ ਜਿਹਨੇ ਕਰਨੀ ਆ, ਇਹੀ ਗੱਲ ਮੈਂ ਕਹਿਣਾ। ਇਨਕਲਾਬ ਜਿੰਦਾ।